ਗੁਰੂ ਪਿਆਰੇ ਸਾਧ ਸੰਗਤ ਜੀਓ, ਇੱਕ ਵਾਰ ਫਿਰ ਫਤਿਹ ਦੀ ਸਾਂਝ ਕਰੀਏ। ਸਰਬੱਤ ਮਾਈ ਭਾਈ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ। ਲੱਗਦਾ ਕਿ ਥੱਕ ਗਏ ਹਾਂ, 15-20 ਮਿੰਟ ਹੋਰ ਦੀਵਾਨ ਚੱਲਣਾ, ਕਿਉਂਕਿ ਆਪ ਜੀ ਵੱਲੋਂ ਹੀ ਸਵਾਲ ਆਏ ਨੇ ਅਤੇ ਉਹਨਾਂ 'ਤੇ ਚਰਚਾ ਪੇਸ਼ ਕੀਤੀ ਜਾਣੀ ਹੈ। ਇਸ ਲਈ ਫਿਰ ਇੱਕ ਵਾਰੀ ਇਕਾਗਰ ਹੋ, ਫਰੈਸ਼ ਹੋ ਕੇ ਬੈਠੀਏ, ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਸੁੰਦਰ ਵਿਚਾਰ ਭਾਈ ਹਰਜਿੰਦਰ ਸਿੰਘ ਜੀ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਔਰ ਦੱਸਿਆ ਹੈ ਕਿ ਕਿਵੇਂ ਅਸੀਂ ਗੁਰੂ ਦਾ ਦਰ ਛੱਡ ਕੇ ਅਤੇ ਇੱਧਰ ਉੱਧਰ ਭਟਕਦੇ ਫਿਰਦੇ ਹਾਂ। ਬਾਬਾ ਫਰੀਦ ਜੀ ਦਾ ਇਹ ਬਚਨ ਸਾਡਾ ਵਿਸ਼ਵਾਸ ਹੋਰ ਵੀ ਗੁਰੂ ਦੇ ਦਰ ਦੇ ਨਾਲ ਪੱਕਿਆਂ ਕਰਦਾ ਹੈ। ਫਰੀਦਾ ਬਾਰ ਪਰ ਆਇਆ ਬੈਸਣਾ, ਸਾਈਂ ਮੁਝੇ ਨਾ ਦੇ। ਜੇ ਕਿਸੇ ਪਰਾਏ ਦੇ ਬੂਹੇ 'ਤੇ ਜਾ ਕੇ ਮੈਨੂੰ ਮੰਗਤਾ ਬਣ ਕੇ, ਭਿਖਾਰੀ ਬਣ ਕੇ ਬੈਠਣਾ ਪਵੇ ਤਾਂ ਕਹਿਣ ਲੱਗੇ ਕਿ ਇਹ ਸਮਾਂ ਮੇਰੇ 'ਤੇ ਨਾ ਆਉਣ ਦੇ। ਜੇ ਤੂੰ ਇਵੇਂ ਰੱਖ ਸੀ, ਜੇ ਤੂੰ ਮੈਨੂੰ ਇਸ ਤਰ੍ਹਾਂ ਚਾਹੁੰਦਾ ਹੈ ਕਿ ਮੈਂ ਕਿਸੇ ਦੂਜੇ ਦੀ ਮੁਥਾਜੀ ਚੱਲਾਂ, ਦੂਸਰੇ ਦੇ ਦਰ 'ਤੇ ਜਾ ਕੇ ਮੰਗਤਾ ਬਣਾ, ਤਾਂ ਕਹਿਣ ਲੱਗੇ ਇਹਦੇ ਨਾਲੋਂ ਤਾਂ ਇਹ ਭਲਾ ਹੈ, ਜੀਓ ਸਰੀਰੋਂ ਦੇ, ਮੇਰੀ ਇਸ ਸਰੀਰ ਦੇ ਵਿੱਚੋਂ ਜਿਹੜੀ ਜਿੰਦ ਹੈ ਉਹ ਵਾਪਸ ਲੈ ਲਵੀਂ, ਕੱਢ ਲਵੀਂ, ਮੈਨੂੰ ਕਿਸੇ ਹੋਰ ਦੀ ਜਿਹੜੀ ਮੁਥਾਜੀ ਉਹ ਨਾ ਚੱਲਣੀ ਪਵੇ। ਇਸ ਲਈ ਅਸੀਂ ਵੀ ਕੇਵਲ ਅਤੇ ਕੇਵਲ ਸਤਿਗੁਰੂ ਜੀ ਦੇ ਦਰ ਦੇ ਸੇਵਕ ਬਣ ਕੇ ਰਹਿਣਾ ਹੈ ਜੀ। ਸਾਡੇ ਕੋਲ ਕਾਫੀ ਸਵਾਲ ਬਕਾਇਆ ਪਏ ਹਨ। ਇੱਕ ਸਵਾਲ ਮੈਂ ਇੱਥੋਂ ਦੇ ਦੀਵਾਨ ਦਾ ਪਹਿਲਾਂ ਲੈਂਦਾ ਹਾਂ। ਸਵਾਲ ਹੈ ਜੀ ਕਿ ਇੱਕ ਸ਼ਬਦ ਹੈ ਸਤਿਗੁਰੂ ਜੀ ਦਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾ ਜਮੀਨ ਕਰੰਗਾ। ਇਸ ਸ਼ਬਦ ਦੇ ਅਰਥ ਭਾਵ ਸਮਝਾਏ ਜਾਣ ਔਰ ਨਾਲ ਦੱਸਿਆ ਜਾਵੇ ਕਿ ਇਹ ਜਿਹੜਾ ਜੂਨਾ ਬਾਬਤ ਸ਼ਬਦ ਹੈ ਜਾਂ ਹੋਰ ਵੀ ਬਹੁਤ ਸਾਰੇ ਸ਼ਬਦ ਆਵਾਗਮਨ ਬਾਰੇ, ਜਨਮ ਮਰਨ ਬਾਰੇ ਬਾਣੀ ਦੇ ਅੰਦਰ ਆਉਂਦੇ ਹਨ, ਤਾਂ ਗੁਰਮਤਿ ਦੇ ਅਨੁਸਾਰ ਇਹ ਜੂਨਾ ਵਾਲਾ 84 ਲੱਖ ਦਾ ਗੇੜ ਜਾਂ ਆਵਾਗਮਨ ਇਹ ਕੀ ਕੰਸੈਪਟ ਹੈ ਜੀ? ਇਸ 'ਤੇ ਵਿਚਾਰ ਭਾਈ ਸੁਖਵਿੰਦਰ ਸਿੰਘ ਜੀ ਦੇ ਦੇਰ ਪੇਸ਼ ਕਰਨਗੇ। ਆਪ ਜੀ ਸਵਾਲ ਆਪਣੇ ਸਾਨੂੰ ਇੱਥੇ ਲਿਖਵਾ ਸਕਦੇ ਹੋ ਜੀ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਿਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਖੂਬਸੂਰਤ ਗੁਰਬਾਣੀ ਵਿੱਚੋਂ ਇਹ ਸਵਾਲ ਆਪਣੇ ਸਾਹਮਣੇ ਆਇਆ ਹੈ ਔਰ ਇਹੋ ਜਿਹੇ ਸਵਾਲ ਅਕਸਰ ਗੁਰਬਾਣੀ ਜਿਹੜੇ ਵੀਰ ਭੈਣਾਂ ਆਪ ਧਿਆਨ ਨਾਲ ਪੜ੍ਹਦੇ ਆ ਉਹ ਨੋਟ ਵੀ ਕਰਦੇ ਆ ਔਰ ਜਿਹੜੇ ਧਿਆਨ ਨਾਲ ਪੜ੍ਹਨਗੇ ਨੋਟ ਉਹ ਹੀ ਕਰਨਗੇ। ਔਰ ਸਾਨੂੰ ਇੰਨੇ ਧਿਆਨ ਨਾਲ ਹੀ ਬਾਣੀ ਪੜ੍ਹਨੀ ਚਾਹੀਦੀ ਆ ਔਰ ਫਿਰ ਹੀ ਸਾਨੂੰ ਇਹ ਬਾਣੀ ਜਿਹੜੀ ਹੈ ਉਹ ਰਾਹ ਦਿਖਾਉਂਦੀ ਹੈ, ਸਮਝ ਦਿੰਦੀ ਹੈ ਵੀ ਇਵੇਂ ਚੱਲ। ਜਿਵੇਂ ਸਵਾਲ ਆਇਆ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਪੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ। ਹੁਣ ਇਸ ਤੋਂ ਬਾਅਦ ਰਹਾਓ ਵਾਲਾ ਬੰਦ ਅੱਗੇ ਆਏਗਾ, ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇ ਸੰਜਰੀਆ। ਔਰ ਜਿਸ ਵੀ ਵੀਰ ਭੈਣ ਦਾ ਇਹ ਸਵਾਲ ਹੈ, ਕਿਉਂਕਿ ਉਹਨਾਂ ਨੇ ਬੜੇ ਧਿਆਨ ਨਾਲ ਇਹ ਸ਼ਬਦ ਨੋਟ ਕੀਤਾ ਆ, ਮੈਂ ਖਾਸ ਕਰਕੇ
ਜਿਨ੍ਹਾਂ ਦਾ ਇਹ ਸਵਾਲ ਹੈ ਉਹਨਾਂ ਦੇ ਬਾਬਤ ਹੀ ਇਸੇ ਸ਼ਬਦ ਵਿੱਚੋਂ ਅਗਲੀ ਤੁੱਕ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦਾ। ਸਾਧ ਸੰਗ ਭਇਓ ਜਨਮ ਪ੍ਰਾਪਤ, ਇਸ ਸ਼ਬਦ ਵਿੱਚ ਹੀ ਲਿਖਿਆ ਹੋਇਆ। ਸਾਧ ਸੰਗ ਭਇਓ ਜਨਮ ਪ੍ਰਾਪਤ। ਹੁਣ ਸਾਧ ਸੰਗਤ ਵਿੱਚ ਆ ਕੇ ਕਿਹੜਾ ਜਨਮ ਪ੍ਰਾਪਤ ਹੋਇਆ? ਤੋ ਇਸ ਸ਼ਬਦ ਦਾ ਕੁੱਲ ਮਿਲਾ ਕੇ ਭਾਵ ਇਹ ਹੈ, ਮਨੁੱਖੀ ਸੁਭਾਅ ਵੱਖ ਵੱਖ ਜਿਹੜੀਆਂ ਪ੍ਰਕਿਰਤੀ ਦੀਆਂ ਜੂਨਾਂ ਹੈ ਉਹਨਾਂ ਨੂੰ ਹੰਢਾਉਂਦਾ ਹੈ। ਮਨੁੱਖੀ ਸੁਭਾਅ ਪ੍ਰਕਿਰਤੀ ਦੀਆਂ ਇਹ ਸਾਰੀਆਂ ਵੱਖ ਵੱਖ ਜੂਨਾਂ ਦਾ ਪ੍ਰਭਾਵ ਉਹਨਾਂ ਦੇ ਸੁਭਾਅ ਦੀਆਂ ਜਿਹੜੀਆਂ ਆਦਤਾਂ ਨੇ ਉਹ ਆਪਣੇ ਜੀਵਨ 'ਚ ਲੈ ਕੇ ਚੱਲਦਾ ਹੈ। ਮੈਂ ਤੁਹਾਡੇ ਸਾਹਮਣੇ ਹੋਰ ਸ਼ਬਦ ਪੜ੍ਹਦਾ, ਇੱਕ ਸ਼ਬਦ ਨਹੀਂ ਹੋਰ ਸ਼ਬਦ ਪੜ੍ਹਦਾ। ਇੱਕ ਤੁੱਕ ਤਾਂ ਤੁਹਾਨੂੰ ਯਾਦ ਹੈ, ਕਰਤੂਤ ਪਸ਼ੂ ਕੀ, ਇਹ ਕਿਸੇ ਬੰਦੇ ਨੇ ਮਰ ਕੇ ਪਸ਼ੂ ਨਹੀਂ ਬਣਨਾ, ਸਗੋਂ ਸਤਿਗੁਰੂ ਜੀ ਜਿਉਂਦੇ ਪਸ਼ੂਆਂ ਵੱਲ ਧਿਆਨ ਦਿਵਾ ਰਹੇ ਨੇ ਕਿ ਵੇਖੋ ਸਰੀਰ ਮਨੁੱਖ ਦਾ ਪਰ ਕੰਮ ਪਸ਼ੂਆਂ ਵਾਲੇ ਆ। ਮੈਂ ਹੋਰ ਸ਼ਬਦ ਤੁਹਾਡੇ ਸਾਹਮਣੇ ਪੜ੍ਹਨ ਲੱਗਾ ਸਾਂ, ਬਾਬਾ ਕਬੀਰ ਜੀ ਦਾ ਇੱਕ ਸ਼ਬਦ ਹੈ, ਤੁਹਾਡੇ 'ਚੋਂ ਕਈਆਂ ਵੀਰਾਂ ਭੈਣਾਂ ਨੂੰ ਯਾਦ ਵੀ ਹੋਏਗਾ। ਬਾਬਾ ਕਬੀਰ ਜੀ ਕਹਿੰਦੇ, ਫੀਲ ਰਬਾਬੀ ਬਲਦ ਪਖਾਵਜ, ਕਊਆ ਤਾਲ ਬਜਾਵੈ, ਪੈਰ ਚੋਲਣਾ ਗਧਾ ਨਾਚੈ, ਭੈਂਸਾ ਭਗਤ ਕਰਾਵੈ। ਹੈਗਾ ਨਾ ਜੀ ਸ਼ਬਦ ਬਾਬਾ ਕਬੀਰ ਜੀ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ। ਫੀਲ, ਫੀਲ ਦਾ ਅਰਥ ਹੈ ਹਾਥੀ, ਹਾਥੀ ਰਬਾਬ ਵਜਾ ਰਿਹਾ। ਬਲਦ ਬੈਲ ਢੋਲਕੀ ਵਜਾ ਰਿਹਾ, ਪਖਾਵਜ ਵਜਾ ਰਿਹਾ। ਕਊਆ ਤਾਲ ਵਜਾਵੈ, ਜਿਹੜਾ ਕਾਂ ਹੈ ਉਹ ਨਾਲ ਟੱਲੀਆਂ ਵਜਾ ਰਿਹਾ। ਪੈਰ ਚੋਲਣਾ ਗਧਾ ਨੱਚੈ, ਚੋਲਾ ਪਾ ਕੇ ਗਧਾ ਨੱਚ ਰਿਹਾ। ਭੈਂਸਾ ਭਗਤ ਕਰਾਵੈ, ਅਤੇ ਜਿਹੜਾ ਝੂਟਾ ਹੈ ਭੈਂਸਾ ਹੈ ਉਹ ਬੈਠਾ ਹੋਇਆ ਝੂਮ ਰਿਹਾ, ਭਗਤੀ ਕਰ ਰਿਹਾ। ਪਰ ਵਧੇਰੇ ਜਾਣਕਾਰੀ ਲਈ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ, ਕਿਉਂਕਿ ਹੋ ਸਕਦਾ ਮੇਰੇ ਸ਼ਬਦਾਂ ਦੇ ਵਿੱਚ ਕਿਤੇ ਫਰਕ ਵੀ ਰਹੇ, ਸਮਝਾਉਣ 'ਚ ਅੰਤਰ ਰਹੇ, ਤੁਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਵਾਲੀ ਸਟੀਕ ਚੁੱਕ ਕੇ ਦੇਖਣਾ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹ ਸ਼ਬਦ ਦੇ ਅਰਥ ਕਰਦਿਆਂ ਨਾਲ ਨਾਲ ਵਿਸ਼ੇਸ਼ ਨੋਟ ਦੇ ਕੇ, ਟਿੱਪਣੀਆਂ ਦੇ ਕੇ ਸਿੱਧ ਕੀਤਾ ਕਿ ਮਨੁੱਖ ਦਾ ਸੁਭਾਅ ਜੇ ਕਾਮੀ ਹੋਵੇ ਤਾਂ ਗੁਰਬਾਣੀ ਨੇ ਹਾਥੀ ਨਾਲ ਤਰਜੀਹ ਦਿੱਤੀ ਹੈ, ਜੇ ਮਨੁੱਖੀ ਸੁਭਾਅ ਆਲਸੀ ਹੋਵੇ ਤਾਂ ਬੈਲ ਨਾਲ ਤਰਜੀਹ ਦਿੱਤੀ ਹੈ, ਜੇ ਮਨੁੱਖੀ ਸੁਭਾਅ ਗੰਦ ਖਾਣਾ ਹੋਵੇ, ਨਿੰਦਿਆ ਚੁਗਲੀ ਕਰਨ ਵਾਲਾ ਹੋਵੇ ਤਾਂ ਗੁਰਬਾਣੀ ਨੇ ਕਾਂ ਨਾਲ ਤੁਲਨਾ ਕੀਤੀ ਹੈ, ਔਰ ਜੇ ਮਨੁੱਖੀ ਸੁਭਾਅ ਅੜੀਅਲ ਹੋਵੇ, ਖਾਣ ਪੀਣ ਨੂੰ ਅੱਗੇ ਅਤੇ ਕੰਮ ਕਰਨ ਨੂੰ ਪਿੱਛੇ, ਤਾਂ ਫਿਰ ਗਧਾ ਸੁਭਾਅ ਹੈ। ਜੇ ਜਾਂਦੇ ਰਾਹ ਲੜਾਈਆਂ ਮੁੱਲ ਲੈਣ ਵਾਲੀ ਆਦਤ ਬਣੀ ਹੈ, ਜਾਂਦਿਆਂ ਐਵੇਂ ਦੂਜਿਆਂ ਨਾਲ ਘਸਰਨ ਵਾਲੀ ਖਹਿਣ ਵਾਲੀ ਆਦਤ ਬਣੀ ਹੈ, ਤਾਂ ਝੋਟੇ ਵਾਲਾ ਸੁਭਾਅ ਹੈ। ਤੁਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਲਿਖੇ ਹੋਏ ਇਹਨਾਂ ਵਿਸ਼ੇਸ਼ ਕਥਨਾਂ ਨੂੰ ਉੱਥੋਂ ਜਾ ਕੇ ਆਪ ਵੀ ਦੇਖ ਲੈਣਾ, ਭਾਵ ਕਿ ਜਿਹੜੇ ਵਿਗੜੇ ਹੋਏ ਮਨੁੱਖੀ ਸੁਭਾਅ ਹੈ, ਕਾਮ ਵਾਸ਼ਨਾ ਹਾਥੀ ਵਾਲਾ ਸੁਭਾਅ, ਆਲਸੀ ਸੁਭਾਅ ਬੈਲ ਵਾਲਾ ਸੁਭਾਅ, ਗੰਦ ਵਿੱਚ ਚੁੰਝਾਂ ਮਾਰਨ ਵਾਲਾ ਕਾਂ ਵਾਲਾ ਸੁਭਾਅ, ਅੜੀਅਲ ਖੋਤੇ ਵਾਲਾ ਸੁਭਾਅ, ਔਰ ਲੜਾਈ ਸਿੰਘ ਫਸਾਉਣ ਵਾਲਾ ਝੋਟੇ ਵਾਲਾ ਸੁਭਾਅ, ਇਹ ਹੁਣ ਰੱਬ ਦੇ ਰੰਗ ਵਿੱਚ ਰੰਗੇ ਗਏ, ਭਗਤੀ ਕਰਨ ਵਾਲੇ ਬਣ ਗਏ। ਵਿਗੜੇ ਹੋਏ ਸੁਭਾਅ ਰੱਬ ਦੀ ਕੀਰਤੀ ਵਾਲੇ ਹੋ ਗਏ ਆ। ਔਰ ਸਤਿਗੁਰੂ ਦੇ ਪਿਆਰਿਓ, ਇਸੇ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਪਾਵਨ ਬਾਣੀ ਦੇ ਰਾਹੀਂ ਜਿਹੜੀਆਂ ਜਿਹੜੀਆਂ ਬੁਰੀਆਂ ਆਦਤਾਂ ਮਨੁੱਖ ਆਪਣੇ ਜੀਵਨ 'ਚ ਪਾਲ ਕੇ ਬੈਠਾ ਹੈ, ਮੇਰਾ ਖਿਆਲ ਸ਼ਾਇਦ ਸਵੇਰੇ ਜਾਂ ਕੱਲ੍ਹ ਦੇ ਸ਼ਾਮ ਦੇ ਦੀਵਾਨ ਵਿੱਚ ਭਾਈ ਸਰਬਜੀਤ ਸਿੰਘ ਜੀ ਹੋਰਾਂ ਨੇ
ਵਿਸ਼ੇਸ਼ ਕਰਕੇ ਕੱਲ ਸ਼ਾਮ ਦੇ ਦੀਵਾਨ 'ਚ ਵਿਸ਼ੇਸ਼ ਕਰਕੇ ਗੁਰੂ ਨਾਨਕ ਸਾਹਿਬ ਦਾ ਸ੍ਰੀ ਰਾਗ ਵਿੱਚੋਂ ਇੱਕ ਸ਼ਬਦ ਲਿਆ ਸੀ ਔਰ ਨਾਲ ਧਿਆਨ ਦਿਵਾਇਆ ਸੀ ਔਰ ਸ਼ਬਦ ਇਹ ਸੀ ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ ਔਰ ਜਦੋਂ ਇਹ ਸ਼ਬਦ ਪੜ੍ਹਿਆ ਜਾ ਰਿਹਾ ਤੇ ਨਾਲ ਨਾਲ ਦੇਖੋ ਸਾਨੂੰ ਇਹ ਸਪਸ਼ਟ ਹੋ ਰਿਹਾ ਜਿਸ ਮਨੁੱਖ ਦੇ ਜੀਵਨ 'ਚ ਲੋਭ ਬੈਠਾ ਹੈ ਸਰੀਰ ਮਨੁੱਖ ਦਾ ਹੈ ਪਰ ਬਿਰਤੀ ਅੰਦਰੋਂ ਕੁੱਤੇ ਵਾਲੀ ਹੈ ਬਾਣੀ ਸਿੱਧ ਕਰ ਰਹੀ ਹੈ ਮੈਂ ਹੋਰ ਤੁਹਾਡੇ ਸਾਹਮਣੇ ਪੜ੍ਹਾਂ ਗੁਰਮੰਤਰ ਹੀਣੈ ਸਜੋ ਪ੍ਰਾਣੀ ਗੁਰੂ ਦੇ ਉਪਦੇਸ਼ ਤੋਂ ਖਾਲੀ ਹੈ ਜਿਹੜਾ ਮਨੁੱਖ ਜਿਹੜਾ ਵਿਰਵਾ ਹੈ ਗੁਰੂ ਦੇ ਉਪਦੇਸ਼ ਤੋਂ ਗੁਰਮੰਤਰ ਹੀਣੈ ਸਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣਾ ਲਾਣਤ ਯੋਗ ਹੈ ਐਸਾ ਜਨਮ ਤੇ ਭ੍ਰਿਸ਼ਟਿਆ ਹੋਇਆ ਹੈ ਤੇ ਅਗਲੀ ਤੁਕ ਵਿੱਚ ਮਹਾਰਾਜ ਪਤਾ ਕੀ ਕਹਿੰਦੇ ਆ ਕੂਕਰ ਹੈ ਸੂਕਰ ਹੈ ਗਰਦ ਪੈ ਕਾਕੈ ਸਰਪਨੈ ਤੁਲ ਖਲਾ ਤੁਲ ਦਾ ਅਰਥ ਹੈ ਬਰਾਬਰ ਕਾਂ ਤੋਂ ਕੁੱਤੇ ਤੋਂ ਸੂਰ ਤੋਂ ਸੱਪ ਤੋਂ ਗਧੇ ਤੋਂ ਇਹ ਉੱਤੇ ਨਹੀਂ ਹੈ ਤੁਲ ਹੈ ਔਰ ਜਦੋਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਗੁਰੂ ਸਵਾਰਿਓ ਸਤਿਗੁਰੂ ਦੀ ਬਾਣੀ ਨੇ ਸਾਨੂੰ ਇਹ ਗਹਿਰੇ ਗੂੜੇ ਅੱਖਰਾਂ ਦੇ ਵਿੱਚ ਸਮਝਾਇਆ ਭਲਿਓ ਆਹ ਜ਼ਿੰਦਗੀ ਮਨੁੱਖ ਵਾਲੀ ਮਿਲੀ ਹੈ ਪਰ ਅਸੀਂ ਇਸ ਨੂੰ ਮਨੁੱਖ ਵਾਂਗ ਜੀ ਨਹੀਂ ਰਹੇ ਇਹਨੂੰ ਮਨੁੱਖ ਵਾਂਗ ਜੀ ਨਹੀਂ ਰਹੇ ਅਸੀਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਸਾ ਤ੍ਰਿਸ਼ਨਾ ਦੇ ਅਧੀਨ ਹੋ ਕੇ ਪਰਾਏ ਵਸ ਵਿੱਚ ਪੈ ਕੇ ਗਲਤ ਰਾਹ ਤੇ ਚੱਲ ਰਹੇ ਹਾਂ ਔਰ ਜ਼ਿੰਦਗੀ ਬਰਬਾਦ ਹੋ ਰਹੀ ਲੁੱਟੀ ਜਾ ਰਹੀ ਹੈ ਜਿਹੜਾ ਜ਼ਿੰਦਗੀ ਦਾ ਸੁੱਖ ਆਨੰਦ ਮਿਲਣਾ ਚਾਹੀਦਾ ਸੀ ਉਹ ਅਸੀਂ ਪ੍ਰਾਪਤ ਕਰ ਨਹੀਂ ਰਹੇ ਔਰ ਸਤਿਗੁਰੂ ਨੇ ਇਸ ਸਰੀਰ ਦੇ ਅੰਦਰ ਇਹ ਵੱਖ ਵੱਖ ਸੁਭਾਅ ਜੂਨਾਂ ਭੋਗਣ ਵਾਲੇ ਸਾਨੂੰ ਦਰਸਾਏ ਹੈ ਤੁਸੀਂ ਜੂਨਾਂ ਭੋਗ ਰਹੇ ਹੋ ਜਿਉਂਦੇ ਜੀ ਭੋਗ ਰਹੇ ਹੋ ਇਹਨਾਂ 'ਚੋਂ ਮੁਕਤ ਹੋਣ ਦਾ ਇੱਕੋ ਇੱਕ ਜ਼ਰੀਆ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਜਾਓਗੇ ਤੁਹਾਡੇ ਇਹ ਬੰਧਨ ਤੁਹਾਡੇ ਵਿਗੜੇ ਸੁਭਾਅ ਇਹ ਬਦਲ ਜਾਣਗੇ ਔਰ ਉਸੇ ਤਰ੍ਹਾਂ ਫਿਰ ਆ ਜਾਏਗੀ ਗੱਲ ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ ਪੈਰ ਚੋਲਣਾ ਗਧਾ ਨਾਚੈ ਪੈਸਾ ਭਗਤ ਕਰਾਵੈ ਰਾਜਾ ਰਾਮ ਕੱਕਰੀ ਆਂਬਰੇ ਪਕਾਏ ਅਗਲੀ ਤੋਂ ਕਹਿ ਰਹਾ ਉਹਦੀ ਕਿਨੇ ਬੁੱਝਣ ਹਾਰੇ ਖਾਏ ਕੋਈ ਬੁੱਝਣ ਵਾਲਾ ਹੀ ਇਹ ਫਲ ਖਾਂਦਾ ਜਿਹੜਾ ਬੁੱਝਦਾ ਨਹੀਂ ਉਹਨੂੰ ਇਹ ਫਲ ਪ੍ਰਾਪਤ ਨਹੀਂ ਹੁੰਦੇ ਅਗਲਾ ਇੱਕ ਵਿਚਾਰ ਆਇਆ ਸੀ ਲੱਖ 84 ਜੂਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 84 ਲੱਖ ਜੂਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵਾਰ ਵਾਰ ਆਉਂਦਾ ਗੁਰੂ ਸਵਾਰਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਨਰਕ ਅਤੇ ਸਵਰਗ ਦਾ ਜ਼ਿਕਰ ਵੀ ਵਾਰ ਵਾਰ ਆਉਂਦਾ ਉਸ ਤੁਹਾਡੇ 'ਚੋਂ ਪੜ੍ਹਨ ਵਾਲਿਆਂ ਨੇ ਇਹ ਤੁਕਾਂ ਵੀ ਯਾਦ ਕੀਤੀਆਂ ਹੋਣਗੀਆਂ ਜਿਤਨੇ ਨਰਕ ਸੇ ਮਨਮੁਖ ਭੋਗੇ ਹੁਣ ਨਰਕ ਤਾਂ ਇੱਕੋ ਹੀ ਆ ਪਰ ਮਹਾਰਾਜ ਕਹਿੰਦੇ ਜਿਤਨੇ ਨਰਕ ਉਹ ਜਿਤਨੇ ਦਾ ਮਤਲਬ ਕਿੰਨੇ ਨਰਕ ਹੋਣਗੇ ਕਿਹੋ ਜਿਹੇ ਵੱਖ ਵੱਖਰੇ ਵੱਖੋ ਵੱਖਰੇ ਨਹੀਂ ਅਸਲ 'ਚ ਕੀ ਹੈ ਜਿਹੜਾ ਨਰਕ ਅਤੇ ਸਵਰਗ ਪੁਜਾਰੀ ਨੇ ਮਿਥਿਆ ਸੀ ਬ੍ਰਾਹਮਣ ਨੇ ਜਿਸ ਨਰਕ ਅਤੇ ਸਵਰਗ ਦੇ ਡਰ ਅਤੇ ਲਾਲਚ ਦਿੱਤੇ ਸੀ ਜਿਹਦੇ ਬਾਬਤ ਇਹ ਕਹਿੰਦਾ ਸੀ ਉੱਥੇ ਤੁਹਾਨੂੰ ਬੜੇ ਸੁੱਖ ਮਿਲਣਗੇ ਉੱਥੇ ਨਾਚ ਗਾਣੇ ਸੁਣਨ ਨੂੰ ਮਿਲਣਗੇ ਉੱਥੇ ਤੁਹਾਨੂੰ ਸ਼ਰਾਬਾਂ ਮਿਲਣਗੀਆਂ ਉੱਥੇ ਜੇ ਹੋਏਗਾ ਉਹ ਜਿਹੜੇ ਲਾਲਚ ਉਹ ਦਿੰਦਾ ਸੀ ਸਵਰਗ ਦੇ ਬਾਬਤ ਔਰ ਨਰਕ ਦੇ ਜਿਹੜੇ ਡਰ ਦਿੰਦਾ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕੇ ਝਟਕੇ ਨਾਲ ਹੀ ਸਭ ਕੁਝ ਰੱਦ ਕੀਤਾ ਔਰ ਆਖਿਆ ਕਾਮਨ ਨਰਕ
ਕਿਹਾ ਸਵਰਗ ਵਿਚਾਰਾ ਸੰਤਨ ਦੋ ਰਾਦੇ, ਰਾਦੇ ਦਾ ਮਤਲਬ ਰੱਦ ਕੀਤੇ ਆ, ਹਮ ਕਾਹੂ ਕੀ ਕਾਣ ਨਾ ਕੱਢਤੇ। ਕਿਉਂ ਨਹੀਂ ਕਾਣ ਰੱਖਦੇ ਅਸੀਂ ਕਿਸੇ ਦੀ? ਆਪਣੇ ਗੁਰ ਪ੍ਰਸਾਦੇ, ਅਸੀਂ ਆਪਣੇ ਗੁਰੂ ਦੀ ਕਿਰਪਾ ਨਾਲ ਕਿਸੇ ਦੀ ਮੁਤਾਜੀ ਨਹੀਂ ਰੱਖਦੇ। ਨਾ ਅਸੀਂ ਨਰਕ ਦੀ ਡਰ, ਨਰਕ ਤੋਂ ਡਰਦੇ ਹਾਂ, ਅਤੇ ਨਾ ਅਸੀਂ ਸਵਰਗਾਂ ਦਾ ਲਾਲਚ ਰੱਖਦੇ ਹਾਂ। 84 ਲੱਖ ਸ਼ਬਦ ਜਿਹੜਾ ਇਹ ਪੁਜਾਰੀ ਦਾ ਪ੍ਰਚਲਿਤ ਕੀਤਾ ਹੋਇਆ, ਉਹ ਕਹਿੰਦਾ 84 ਲੱਖ ਜੂਨਾਂ ਤੁਹਾਨੂੰ ਭੋਗਣੀਆਂ ਪੈਣਗੀਆਂ, ਫਿਰ ਮਨੁੱਖਾ ਦੇਹ ਮਿਲਦੀ ਆ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਮੁਹਾਵਰਾ ਟਾਈਪ ਉਹਨਾਂ ਸ਼ਬਦਾਂ ਨੂੰ ਵਰਤਿਆ, ਜਿਵੇਂ ਨਰਕ ਅਤੇ ਸਵਰਗ, ਜਿਵੇਂ ਹੋਰ ਕਈ ਸ਼ਬਦ ਤੁਹਾਨੂੰ ਮਿਲਣਗੇ। ਜਿੱਥੇ 84 ਲੱਖ ਸ਼ਬਦ ਵਰਤਿਆ, ਉੱਥੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਕਾਲ ਪੁਰਖ ਅਤੇ ਅਕਾਲ ਪੁਰਖ ਦੀ ਕੁਦਰਤ ਦਾ ਅੰਤ ਪਾਉਣ ਤੋਂ ਮਨਾ ਕਰਦੀ ਹੈ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੇ, ਬੰਦਿਓ, ਨਾ ਕਰਤੇ ਦਾ ਅੰਤ ਹੈ, ਨਾ ਉਹਦੀ ਕੁਦਰਤ ਦਾ ਅੰਤ ਹੈ। ਪਹਿਲਾਂ ਤਾਂ ਕਰਤੇ ਬਾਬਤ ਕਿਹਾ ਮਹਾਰਾਜ ਨੇ, ਮੇਰੇ ਲਾਲ ਜੀਓ, ਤੇਰਾ ਅੰਤ ਨਾ ਜਾਣ, ਤੇਰਾ ਅੰਤ ਨਹੀਂ ਜਾਣਿਆ ਜਾ ਸਕਦਾ। ਫਿਰ ਇਸ ਕੁਦਰਤ ਬਾਬਤ ਮਹਾਰਾਜ ਨੇ ਜਪਜੀ ਸਾਹਿਬ ਵਿੱਚ ਹੀ ਨਿਬੇੜਾ ਦਿੱਤਾ ਆ, ਅਤੇ ਸਤਿਗੁਰੂ ਆਖਦੇ ਆ ਕੇਤੀਆਂ ਖਾਣੀ, ਕਿਉਂਕਿ 4 ਖਾਣੀਆਂ ਮੰਨੀਆਂ ਨਾ, ਅੰਡਜ ਜੇਰਜ ਸੇਤਜ ਉਤ ਪੁੱਜ। ਪੈਦਾਇਸ਼ ਦੇ ਇਹ 4 ਤਰੀਕੇ ਨੇ ਸ੍ਰਿਸ਼ਟੀ ਅੰਦਰ, ਕੋਈ ਜੇਰ ਤੋਂ ਪੈਦਾ ਹੋ ਰਿਹਾ, ਕੋਈ ਅੰਡਿਆਂ ਤੋਂ ਪੈਦਾ ਹੋ ਰਿਹਾ, ਕੁਝ ਧਰਤੀ ਤੋਂ ਪੈਦਾ ਹੋ ਰਿਹਾ, ਕੁਝ ਸਿੱਲ ਦੇ ਵਿੱਚੋਂ, ਸਲਾਬੇ ਦੇ ਵਿੱਚੋਂ ਪੈਦਾ ਹੋ ਰਿਹਾ। ਪਰ ਸਤਿਗੁਰੂ ਆਖਿਆ ਨਹੀਂ, ਇਕੱਲੀਆਂ 4 ਹੀ ਖਾਣੀਆਂ ਨਹੀਂ, ਕਿਉਂਕਿ ਅੱਜ ਵਿਗਿਆਨ ਵੀ ਇਹਨਾਂ ਗੱਲਾਂ ਨਾਲ ਸਹਿਮਤ ਹੈ, ਇਕੱਲੀਆਂ 4 ਹੀ ਖਾਣੀਆਂ ਨੇ, ਕੇਤੀਆਂ ਖਾਣੀ। ਪੈਦਾਇਸ਼ ਦੇ ਬੜੇ ਢੰਗ ਨੇ, ਬੜੇ ਢੰਗ ਨੇ। ਆ ਜਿੰਨਾ ਕੁਝ ਅੱਜ ਸੰਸਾਰ ਦੇ ਵਿੱਚ ਮਨੁੱਖ ਪੈਦਾ ਕਰ ਰਿਹਾ, ਉਹ ਅੰਡੇ ਜੇਰ ਤੋਂ ਬਿਨਾਂ ਵੀ ਪੈਦਾ ਹੋ ਰਿਹਾ। ਬਹੁਤ ਕੁਝ ਐਸਾ ਜਿਹੜਾ ਧਰਤੀ ਵਿੱਚੋਂ ਨਹੀਂ ਨਿਕਲਦਾ, ਮਨੁੱਖ ਆਪਣੀ ਸੋਚ ਨਾਲ ਇਸ ਕੁਦਰਤ ਵਿੱਚੋਂ ਪੈਦਾ ਕਰ ਰਿਹਾ, ਬਹੁਤ ਕੁਝ ਐਸਾ। ਕੇਤੀਆਂ ਖਾਣੀ, ਕੇਤੀਆਂ ਬਾਣੀ, 84 ਲੱਖ। ਦੂਜੇ ਪਾਸੇ ਸੁਖਮਣੀ ਸਾਹਿਬ ਦਾ ਪਾਠ ਤੇ ਭੈਣਾਂ ਬੜੇ ਪਿਆਰ ਨਾਲ ਕਰਦੀਆਂ, ਯਾਦ ਵੀ ਹੋਏਗਾ, ਸੁਖਮਣੀ ਸਾਹਿਬ ਦੀ ਪੂਰੀ ਅਸ਼ਟਪਦੀ, ਕਈ ਕੋਟ ਹੋਏ ਪੁਜਾਰੀ, ਕਈ ਕੋਟ, 1 ਕਰੋੜ 2 ਕਰੋੜ ਦੀ ਨਹੀਂ, ਕਈ ਕੋਟ। ਕਈ ਕੋਟ ਦਾ ਮਤਲਬ ਹੈ ਕਈ ਕਈ ਕਰੋੜ, ਭਾਵ ਬੇਗਿਣਤ, ਜਿਹੜੇ ਗਿਣਤੀ ਤੋਂ ਬਾਹਰ ਹੈ। ਜਪਜੀ ਸਾਹਿਬ ਵੱਲ ਧਿਆਨ ਲਿਆਓਗੇ ਤੇ ਉੱਥੇ ਤੁਹਾਨੂੰ ਸ਼ਬਦ ਮਿਲੇਗਾ ਅਸੰਖ, ਸੰਖ ਗਿਣਤੀ, ਅਸੰਖ ਜਿਹਦੀ ਗਿਣਤੀ ਨਹੀਂ ਹੋ ਸਕਦੀ, ਅਸੰਖ ਮੂਰਖ ਅੰਧਕੋਰ। ਕਿੰਨੇ ਕੁ ਮੂਰਖ ਨੇ ਸੰਸਾਰ ਦੇ ਅੰਦਰ? ਅਸੰਖ, ਬੇਗਿਣਤ, ਗਿਣਤੀ ਨਹੀਂ ਹੋ ਸਕਦੀ। ਗੁਰੂ ਸਵਾਰਿਓ, ਇਹ ਸਿਰਫ ਮੁਹਾਵਰਾ ਟਾਈਪ ਹੈ, ਵੈਸੇ ਇਸ ਪ੍ਰਕਿਰਤੀ ਦੇ ਅੰਦਰ ਕੀ ਕੁਝ ਹੈ, ਕਿੰਨਾ ਕੁਝ ਕਰਤੇ ਨੇ ਪੈਦਾ ਕੀਤਾ, ਉਹਦੀ ਗਿਣਤੀ ਕਰਨੀ ਅਸੰਭਵ ਬਾਤ ਹੈ, ਸੰਭਵ ਨਹੀਂ ਹੈ। ਇਹ ਪੁਜਾਰੀ ਨੇ ਇੱਕ ਕਾਰਡ ਕੱਢੀ ਸੀ, ਕਹਿੰਦਾ ਸੀ 42 ਲੱਖ ਪਾਣੀ ਵਿੱਚ ਹੈ, 42 ਲੱਖ ਧਰਤੀ 'ਤੇ ਆ, ਪਰ ਸਤਿਗੁਰੂ ਕਹਿੰਦੇ ਨਹੀਂ, ਜਿੰਨਾ ਉਹ ਆਪ ਵੱਡਾ ਹੈ ਓਨੀ ਉਹਦੀ ਕੁਦਰਤ ਵੱਡੀ ਹੈ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੇਤਾ ਕੇਵਡ, ਚੀਰਾ ਚੀਰਾ ਦਾ ਅਰਥ ਹੈ ਪਸਾਰਾ, ਤੇਰਾ ਕਿੱਡਾ ਕੁ ਵੱਡਾ ਪਸਾਰਾ ਹੈ, ਹੇ ਗੈਰ ਗੰਭੀਰ ਮੇਰੇ ਵਾਹਿਗੁਰੂ ਅਕਾਲ ਪੁਰਖ, ਕੋਈ ਇਹਦੇ ਬਾਬਤ ਦਲੀਲ ਨਾਲ ਉਰਲਾ ਤੇ ਪਰਲਾ ਬੰਨਾ ਦੱਸ ਨਹੀਂ ਸਕਦਾ। ਭਾਈ ਸਾਹਿਬ ਹੁਣਾਂ ਨੇ ਇੱਥੇ ਵਿਚਾਰ ਪੇਸ਼ ਕਰਤਾ, ਇੱਕ ਭਾਈ ਸਾਹਿਬ ਹੁਣਾਂ ਨਾਲ ਲਿਖ ਕੇ ਭੇਜਿਆ ਸੀ ਕਿ ਜੀਵ ਜਿਹੜਾ ਮਰਨ ਤੋਂ ਪਰੰਤ ਕਿੱਥੇ ਜਾਂਦਾ, ਤਾਂ ਭਾਈ ਸਾਹਿਬ ਹੁਣਾਂ ਨੇ ਸਾਰੀ ਵਿਚਾਰ ਚਰਚਾ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਇੱਕ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਹਾਂ, ਜਿਨ੍ਹਾਂ ਦਾ ਸਵਾਲ ਹੈ, ਇੱਕ ਦੱਜਾ ਹੈ ਇੱਕ ਦੱਬੀਆਂ ਹੈ
ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਆਂ ਇੱਕ ਭੀ ਫਿਰ ਹੱਸਣ ਪਾਹੇ। ਇਹ ਤਰੀਕੇ ਦੱਸੇ ਨੇ ਕਿ ਕੋਈ ਤਾਂ ਅੱਗ ਦੇ ਨਾਲ ਸਰੀਰ ਨੂੰ ਸਾੜਦਾ ਹੈ, ਕੋਈ ਦਬਾਉਂਦਾ ਹੈ, ਔਰ ਜਿਹੜੇ ਪਾਰਸੀ ਲੋਕ ਨੇ ਉਹਨਾਂ ਨੇ ਇੱਕ ਵਿਸ਼ੇਸ਼ ਖੂਹ ਬਣਾਇਆ ਹੁੰਦਾ ਕਿ ਉਹਦੇ ਵਿੱਚ ਲਾਸ਼ ਰੱਖ ਦਿੱਤੀ ਜਾਂਦੀ, ਜਿਹੜੀਆਂ ਗਿਰਜਾਂ ਨੇ ਉਸ ਨੂੰ ਖਾ ਜਾਂਦੀਆਂ, ਅਤੇ ਕੁਛ ਲੋਕ ਜਾਨਵਰ ਖਾ ਜਾਂਦੇ ਨੇ, ਅਤੇ ਕੁਛ ਜਿਹੜੀਆਂ ਦਿਆਂ ਨੇ ਉਹਨਾਂ ਨੂੰ ਪਾਣੀ ਦੇ ਵਿੱਚ ਵਹਾ ਦਿੱਤਾ ਜਾਂਦਾ, ਉੱਥੇ ਵੀ ਜੀਵ ਜੰਤ ਖਾ ਜਾਂਦੇ। ਅਖੀਰ 'ਤੇ ਸਤਿਗੁਰੂ ਜੀ ਕਹਿੰਦੇ ਨੇ, ਨਾਨਕ ਏਮ ਨਾ ਜਾਪਈ ਕਿੱਥੇ ਜਾਏ ਸਮਾਹੇ। ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਕਿ ਇਹ ਜਿਹੜੇ ਜੀਵ ਨੇ ਉਹ ਕਿੱਥੇ ਚਲੇ ਜਾਂਦੇ ਨੇ, ਕਿਹਦੇ ਵਿੱਚ ਜਾ ਕੇ ਸਮਾ ਜਾਂਦੇ ਨੇ। ਸੋ ਸਾਨੂੰ ਇਹ ਜਿਹੜਾ ਜੀਵਨ ਹੈ ਇਹ ਮਨੁੱਖਾਂ ਵਾਲਾ ਜਿਉਣਾ ਚਾਹੀਦਾ, ਅਗਲੇ ਦੀ ਸਾਨੂੰ ਫਿਕਰ ਨਹੀਂ ਕਰਨੀ ਚਾਹੀਦੀ। ਇੱਕ ਹੋਰ ਛੋਟਾ ਜਿਹਾ ਸਵਾਲ ਹੈ ਜੀ ਕਿ ਨਿਤਨੇਮ ਦੀਆਂ ਬਾਣੀਆਂ ਕਿਹੜੀਆਂ ਹਨ? ਭਾਈ, ਨਿਤਨੇਮ ਦੀਆਂ ਬਾਣੀਆਂ ਜਪਜੀ ਸਾਹਿਬ ਹੈ, ਜਾਪ ਹੈ, ਸਵਈਏ ਹੈ, ਔਰ ਸ਼ਾਮ ਨੂੰ ਸੋਧਰ ਹੈ, ਅਤੇ ਰਾਤ ਨੂੰ ਸੋਹਲੇ ਸਾਹਿਬ ਦਾ ਪਾਠ ਹੈ। ਅਗਲੇ ਦੋ ਸਵਾਲ ਮੈਂ ਇਕੱਠੇ ਰੱਖ ਦਿੰਦਾ ਹਾਂ। ਇੱਕ ਤਾਂ ਰਜ, ਤਮ ਅਤੇ ਸੱਤ, ਇਹ ਤਿੰਨ ਗੁਣ, ਇਹਨਾਂ ਦੀ ਪਰਿਭਾਸ਼ਾ ਦੱਸੀ ਜਾਵੇ ਜੀ, ਕੀ ਅਰਥ ਬਣਦੇ ਨੇ? ਔਰ ਦੂਸਰਾ, ਇੱਕ ਭਾਈ ਸੋਹਣਾ ਕਾਫੀ ਵੱਡਾ ਸਵਾਲ ਕੀਤਾ ਸੀ ਕਿ ਇਹ ਜਿਹੜੀ ਪੰਜਾਬ ਦੀ ਧਰਤੀ ਹੈ, ਇੱਥੇ ਪਹਿਲਾਂ ਖਾਲਸਾ ਰਾਜ ਸੀ, ਫਿਰ ਅੰਗਰੇਜ਼ ਆ ਗਏ, ਅੰਗਰੇਜ਼ਾਂ ਨੇ ਭਾਰਤ ਦੇ ਲੋਕਾਂ ਦੇ ਹੱਥ ਇੱਥੋਂ ਦਾ ਰਾਜ ਦੇ ਦਿੱਤਾ, ਇਹ ਜਿਹੜਾ ਖਾਲਸਾ ਰਾਜ ਕਿੱਥੇ ਚਲੇ ਗਿਆ? ਅਤੇ ਮੌਜੂਦਾ ਸਮੇਂ ਅਸੀਂ ਆਪਣਿਆਂ ਨੂੰ ਜੇਕਰ ਇਸ ਬਾਬਤ ਜਾਣਕਾਰੀ ਦੇਣੀ ਹੋਵੇ ਤਾਂ ਉਹ ਕੀ ਤਰੀਕਾ ਵਰਤਿਆ ਜਾ ਸਕਦਾ ਜੀ? ਕਿਉਂਕਿ ਇਹਨਾਂ ਨੇ ਨਾਲ ਲਿਖਿਆ ਕਿ ਖਾਲਸਾ ਰਾਜ ਤੋਂ ਬਿਨਾਂ ਜਿਹੜੀ ਗੁਰਮਤ ਹੈ ਉਹ ਹਰ ਥਾਂ 'ਤੇ ਲਾਗੂ ਅਸੀਂ ਨਹੀਂ ਕਰ ਸਕਦੇ, ਕਈ ਤਰ੍ਹਾਂ ਦੀਆਂ ਪਾਬੰਦੀਆਂ ਹਨ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਰਜਗੁਣ, ਤਮਗੁਣ, ਸਤਗੁਣ ਇਹ ਸ਼ਬਦ ਤੁਹਾਨੂੰ ਬਾਬਾ ਕਬੀਰ ਜੀ ਦੇ ਸ਼ਬਦਾਂ ਵਿੱਚ ਵੀ ਮਿਲ ਜਾਣਗੇ, ਇਹ ਸਭ ਤੇਰੀ ਮਾਇਆ। ਔਰ ਇਹਨਾਂ ਨੂੰ ਤ੍ਰੈ ਗੁਣ ਸ਼ਬਦ ਵਰਤ ਕੇ ਵੀ ਸਾਡੇ ਸਾਹਮਣੇ ਲਿਆਂਦਾ, ਤ੍ਰੈ ਗੁਣ। ਇਹ ਤਿੰਨੇ ਰੂਪ ਮਾਇਆ ਦੇ ਹੈ, ਤਿੰਨੇ ਗੁਣ ਮਾਇਆ ਦੇ ਹੈ। ਔਰ ਰਜਗੁਣ, ਤਮਗੁਣ, ਸਤਗੁਣ ਹੁੰਦੇ ਕੀ ਹੈ, ਕਿਵੇਂ ਕੰਮ ਕਰਦੇ ਆ? ਰਜਗੁਣ ਦਾ ਅਰਥ ਹੈ ਰਾਜਸੀ ਗੁਣ, ਭਾਵ ਕਿਸੇ ਦੇ ਅੱਗੇ ਅੜਿੱਕੇ ਡਾਉਣੇ ਜਾਂ ਕਿਸੇ ਦੀਆਂ ਲੱਤਾਂ ਖਿੱਚਣੀਆਂ, ਅੱਗੇ ਨਹੀਂ ਵਧਣ ਦੇਣਾ। ਤਮ ਦਾ ਅਰਥ ਹੈ ਹਨੇਰਾ, ਅਗਿਆਨਤਾ, ਪਸ਼ੂ ਤਲ 'ਤੇ ਜਿਉਣਾ, ਪਤਾ ਹੀ ਕੁਝ ਨਹੀਂ। ਔਰ ਸਤਗੁਣ ਦਾ ਅਰਥ ਹੈ ਪਤਾ ਹੈ, ਜਾਣਕਾਰੀ ਹੈ, ਪਰ ਤੁਰਨਾ ਨਹੀਂ, ਮੰਨਣਾ ਨਹੀਂ, ਉਹਦੇ ਮੁਤਾਬਕ ਢਾਲਣਾ ਨਹੀਂ ਆਪਣੇ ਆਪ ਨੂੰ, ਪਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇਹਨਾਂ ਤਿੰਨਾਂ ਤੋਂ ਉੱਤੇ ਉੱਠ ਕੇ, ਲੱਤਾਂ ਖਿੱਚਣ ਵਾਲੀ, ਹਨੇਰੇ 'ਚ ਰਹਿਣ ਵਾਲੀ, ਅਤੇ ਪਤਾ ਹੋਣ ਵਾਲੀ ਗੱਲ ਵੀ, ਮੈਨੂੰ ਜਾਣਕਾਰੀ ਹੈ, ਮੈਂ ਜਾਣਦਾ ਹਾਂ ਪਰ ਚੱਲਣਾ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇਹਨਾਂ ਤਿੰਨਾਂ ਤੋਂ ਉੱਤੇ ਉੱਠ ਕੇ ਚੌਥੇ ਪਦ ਦੀ ਬਾਤ ਕੀਤੀ ਹੈ, ਜਿਹਨੂੰ ਤੁਰਿਆ ਅਵਸਥਾ ਵੀ ਕਿਹਾ, ਚੌਥਾ ਗੁਣ, ਚੌਥਾ ਪਦ ਵੀ ਕਿਹਾ, ਸਹਿਜ ਅਵਸਥਾ ਵੀ ਕਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਭਲਿਓ ਜੋ ਕੁਝ ਤੁਹਾਨੂੰ ਪਤਾ ਹੈ ਉਹਦੇ ਵਿੱਚ ਆਪਣੇ ਆਪ ਨੂੰ ਲੀਨ ਕਰ ਲਓ, ਰਜਗੁਣ, ਤਮਗੁਣ, ਸਤਗੁਣ, ਔਰ ਇਹਨਾਂ ਤਿੰਨਾਂ ਤੋਂ ਬਚ ਕੇ ਅਸੀਂ ਚੌਥੇ ਪਦ 'ਤੇ ਰਹਿਣਾ, ਜੋ ਗੁਰੂ ਕਹਿੰਦਾ ਉਹਦੇ ਮੁਤਾਬਕ ਤੁਰਨਾ ਹੈ। ਇੱਕ ਸਵਾਲ ਭਾਈ ਸਾਹਿਬ ਜੀ ਇੱਥੇ ਕਲੀਅਰ ਕਰਕੇ ਗਏ ਨੇ, ਜਿਹੜਾ ਪਿਛਲੇ ਸਵਾਲ 'ਚ ਰਹਿ ਗਿਆ ਸੀ,
ਮੈਂ ਉਹਨੂੰ ਹੋਰ ਥੋੜ੍ਹਾ ਜਿਹਾ ਕਲੀਅਰ ਕਰ ਦਿੰਦਾ ਤਾਂ ਕਿ ਸਾਡਾ ਕਿ ਭਰਮ ਰਹਿ ਗਿਆ ਹੋਵੇ ਤਾਂ ਉਹ ਦੂਰ ਹੋ ਜਾਏ। ਆਤਮਾ ਕਿੱਥੇ ਜਾਂਦੀ ਹੈ? ਪਹਿਲੀ ਗੱਲ ਤਾਂ ਜਾਂਦੀ ਕਿੱਥੇ ਉਹ ਬਾਅਦ 'ਚ ਕਰਦੇ ਹਾਂ, ਪਹਿਲਾਂ ਤਾਂ ਇਹ ਵੇਖੀਏ ਵੀ ਆਉਂਦੀ ਕਿੱਥੋਂ। ਆਉਂਦੀ ਦੇ ਬਾਰੇ ਗੱਲ ਕਰਾਂਗੇ, ਫਿਰ ਜਾਂਦੀ ਬਾਰੇ ਵੀ ਪਤਾ ਲੱਗੇਗਾ। ਮੇਰਾ ਇੱਕ ਸਵਾਲ ਤੁਹਾਡੇ 'ਤੇ ਹੈ ਛੋਟਾ ਜਿਹਾ ਜੀ, ਆਤਮਾ ਹੈ ਕੀ ਆ? ਆਤਮਾ ਹੈ ਕੀ ਦੱਸੋਗੇ ਜੀ ਮਾੜਾ ਜਿਹਾ? ਆਤਮਾ ਹੈ ਕੀ? ਸਾਡੇ ਸਾਹਮਣੇ ਤਾਂ ਭੂਤ ਹੀ ਆ ਨਾ, ਜਿਹੜੇ ਆ ਵਡਭਾਗ ਸਿੰਘ ਹੀ ਕੱਢੀ ਕੁੱਟੀ ਜਾਂਦੇ ਆ, ਸਿਰ ਘੁਮਾਈ ਜਾਂਦੇ, ਚਿਮਟੇ ਵੱਜੀ ਜਾਂਦੇ ਸਨ, ਅਤੇ ਉਹੀ ਲੱਗਦਾ ਵੀ ਇਹੀ ਆਤਮਾ ਇੱਥੇ ਹੀ ਭੁੜਕੀ ਭੜਕੀ ਜਾਂਦੀਆਂ ਨੇ। ਕਿਸੇ ਦੀ ਗੱਡੀ ਮੋਦੀ ਕਰਤੀ, ਕਿਸੇ ਦੇ ਘਰ ਚੀਕਾਂ ਵੱਜਣ ਲੱਗ ਗਈਆਂ, ਸਾਨੂੰ ਤਾਂ ਐਂ ਲੱਗਦਾ। ਪਹਿਲਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਆਧਾਰਿਤ ਵੇਖੀਏ ਆਤਮਾ ਹੈ ਕੀ ਆ। ਬੋਲੋਗੇ ਜੀ ਕੋਈ? ਹਾਂਜੀ, ਪਰਮਾਤਮਾ ਦਾ ਅੰਸ਼ ਕਹੋ ਕਬੀਰ, ਇਹ ਰਾਮ ਕੀ ਅੰਸ਼ ਕਹੋ ਕਬੀਰ, ਇਹ ਰਾਮ ਕੀ ਅੰਸ਼ ਜਸ ਕਾਗਦ ਪਰ ਮਿਟੈ ਨਾ ਮਨਸ। ਇਹ ਰੱਬ ਦਾ ਰੂਪ ਹੈ, ਇਹ ਰੱਬ ਦਾ ਰੂਪ ਹੈ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਫਿਰ ਬੜੇ ਪਿਆਰ ਨਾਲ ਇਹ ਵੀ ਗੱਲ ਸਮਝਾਉਂਦੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਆਪਣੇ ਮੂਲ ਦੀ ਪਛਾਣ ਕਰ, ਆਪਣੇ ਮੂਲ ਵੱਲ ਮੁੜ, ਤੂੰ ਕਿਹੜੇ ਪਾਸੇ ਤੁਰਿਆ ਫਿਰਦਾ। ਖੈਰ, ਜੇ ਆਤਮਾ ਰੱਬ ਦਾ ਰੂਪ ਹੈ, ਇਹ ਜੋਤ ਸਾਡੇ ਅੰਦਰ ਰੱਬ ਦੀ ਹੈ, ਰੱਬ ਦਾ ਕੋਈ ਰੂਪ ਰੰਗ ਰੇਖ ਹੈ ਜੀ? ਸਤਿ ਸੰਗਤ ਜਵਾਬ ਦੇ ਜਾਓਗੇ, ਮੈਂ ਛੇਤੀ ਛੇਤੀ ਬੋਲ ਦਿਆਂਗਾ, ਨਹੀਂ ਤਾਂ ਇੱਕ ਸਵਾਲ ਹੋਰ ਰਹਿੰਦਾ, ਫਿਰ ਟਾਈਮ ਲੱਗੇਗਾ। ਰੱਬ ਦਾ ਕੋਈ ਰੂਪ ਰੰਗ ਰੇਖ ਹੈ? ਕੋਈ ਚਿੱਤਰ ਤਿਆਰ ਕੀਤਾ ਜਾ ਸਕਦਾ? ਬਿਲਕੁਲ ਠੀਕ ਹੈ। ਜੇ ਰੱਬ ਦਾ ਕੋਈ ਚਿੱਤਰ ਰੂਪ ਰੰਗ ਰੇਖ ਨਹੀਂ, ਤੇ ਆਤਮਾ ਦਾ ਕੀਤਾ ਜਾ ਸਕਦਾ? ਨਹੀਂ ਨਾ ਹੋ ਸਕਦਾ, ਨਹੀਂ ਹੋ ਸਕਦਾ। ਇੱਥੇ ਇੱਕ ਝੂਠ ਹੋਰ ਫੜ ਲਿਓ ਹੁਣ, ਆ ਜਿਹੜੇ ਕਹਿੰਦੇ ਮੈਨੂੰ ਨਾ ਫਲਾਨਾ ਬੰਦਾ ਜਿਹੜਾ ਮਰ ਗਿਆ ਸੀ ਉਹ ਦਿਸਿਆ, ਉਹਨੇ ਚਿੱਟੇ ਕੱਪੜੇ ਪਾਏ, ਆਤਮਾ ਦਾ ਰੂਪ ਰੰਗ ਰੇਖ ਹੀ ਨਹੀਂ ਹੁੰਦਾ, ਬੰਦਾ ਤਾਂ ਤੁਸੀਂ ਸਾੜਤਾ ਸੀ, ਉਹਨੂੰ ਕੀ ਦੀਦਾ? ਉਹਨੇ ਜੋ ਕੁਝ ਪਹਿਲਾਂ ਆਪਣੇ ਦਿਮਾਗ 'ਚ ਟਿਕਾਇਆ, ਜਿਹੜੀ ਸ਼ਕਲ ਟਿਕਾਈ ਹੋਈ ਹੈ ਨਾ, ਉਹਨੂੰ ਉਹ ਸਭ ਕੁਝ ਆਪਣੇ 'ਤੇ ਪ੍ਰਭਾਵ ਪਾ ਰਹੀ ਆ, ਉਹਨੂੰ ਸਾਹਮਣੇ ਬੰਦਾ ਆਤਮਾ ਇਸ ਤਰ੍ਹਾਂ ਦੀ ਕੋਈ ਨਹੀਂ ਹੈਗੀ, ਆਤਮਾ ਦੀ ਕੋਈ ਸ਼ਕਲ ਸੂਰਤ ਨਹੀਂ ਆ। ਇੱਥੇ ਉਹ ਬਾਬੇ ਵੀ ਝੂਠੇ ਆ ਜਿਹੜੇ ਕਹਿੰਦੇ ਆ ਤੇਰੇ ਲਾਗੇ ਆਤਮਾ ਖਲੋਤੀ, ਤੈਨੂੰ ਨਹੀਂ ਦੀਦੀ ਮੈਨੂੰ ਦੀਦੀ ਆ, ਮੈਂ ਗੱਲਾਂ ਕਰਾਉਣਾ ਤੇਰੇ ਨਾਲ, ਇਹ ਵੀ ਝੂਠੇ ਆ, ਕਿਉਂਕਿ ਆਤਮਾ ਦਾ ਕੋਈ ਰੂਪ ਰੰਗ ਰੇਖ ਨਹੀਂ ਹੈ, ਇਹਨਾਂ ਨੂੰ ਕੀ ਦੀਦਾ। ਖੈਰ, ਹੁਣ ਦੱਸ ਅਗਲੀ ਗੱਲ ਜੀ, ਰੱਬ ਕਿੱਥੇ ਰਹਿੰਦਾ? ਮੈਂ ਲੋਕਾਂ ਦੀ ਗੱਲ ਨਹੀਂ ਕਰਦਾ, ਬਾਕੀਆਂ ਦੀ ਗੱਲ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਸਾਡਾ ਰੱਬ ਕਿੱਥੇ ਰਹਿੰਦਾ ਜੀ? ਹਰ ਥਾਂ 'ਤੇ ਵਿਆਪਕ ਹੈ। ਦੂਜੀ ਗੱਲ, ਰੱਬ ਸਾਡਾ ਅੰਦਰ ਰਹਿੰਦਾ, ਸਾਡਾ ਰੱਬ ਸਾਡੇ ਅੰਦਰ ਰਹਿੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਭਲੇ ਉਹ ਬਾਹਰ ਭਟਕਣ ਦੀ ਲੋੜ ਨਹੀਂ, ਰੱਬ ਤੁਹਾਡੇ ਹਿਰਦੇ ਵਿੱਚ ਹੈ। ਬਾਬਾ ਫਰੀਦ ਜੀ ਦਾ ਸਲੋਕ ਚੇਤੇ ਆ ਗਿਆ ਹੁਣ, ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੈ ਵੱਸੀ ਰੱਬ ਹਿਆਲੀ ਹੈ, ਹਿਰਦੇ ਵਿੱਚ ਵੱਸਦਾ ਹੈ, ਬਾਹਰ ਕਿਆ ਢੂੰਡੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਹਿਰਦੇ 'ਚ ਰੱਬ ਵਸਣ ਦੀ ਗਵਾਹੀ ਦਿੱਤੀ ਆ, ਰੱਬ ਮਾਂ ਵਿੱਚ ਵੀ ਵੱਸਦਾ, ਰੱਬ ਪਿਓ ਵਿੱਚ ਵੀ ਵੱਸਦਾ। ਹੁਣ ਬੱਚੇ ਦੀ ਪੈਦਾਇਸ਼ ਵੇਲੇ ਰੱਬ ਨੇ ਬਾਹਰੋਂ ਕੋਈ ਆਤਮਾ ਥੋੜ੍ਹੀ ਘੱਲਣੀ, ਰੱਬ ਤੇ ਅੰਦਰ ਵੀ ਬੈਠਾ ਸੀ, ਬੈਠਾ ਸੀ ਨਾ, ਆਤਮਾ ਕਿੱਥੋਂ ਆਈ? ਪਿਓ ਦੇ ਅੰਦਰ ਵੀ, ਰੱਬ ਮਾਂ ਦੇ ਅੰਦਰ ਵੀ, ਸਤਾ ਤੇ ਕੰਮ ਕਰਦੀ ਪਈ ਆ ਨਾ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਫਿਰ ਬੜੀਆਂ ਬਰੀਕੀਆਂ ਦੇ ਵਿੱਚ ਦੀ ਲੰਘ ਕੇ ਸਾਨੂੰ ਇਸ ਮਸਲੇ ਦਾ ਹੱਲ ਇਵੇਂ ਵੀ ਕਰਕੇ ਦਿਖਾਉਂਦੀ। ਮਹਾਰਾਜ ਕਹਿੰਦੇ ਆ, ਨਾ ਕਿਛ ਆਏ ਬੋ
ਨਾ ਕਿਛ ਜਾਇਬੋ ਰਾਮ ਕੀ ਦੁਹਾਈ। ਉਹ ਭਲੇ ਉਹ ਕੁਛ ਨਹੀਂ ਆਉਂਦਾ ਜਾਂਦਾ, ਫਿਰ ਇਹ ਵੀ ਸ਼ਬਦ ਚੇਤੇ ਹੋਏਗਾ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਇਵੇਂ ਪਿਆਰ ਨਾਲ ਕਹਿੰਦੀ, ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ। ਜੋਤ ਕਿੱਥੇ ਸੀ? ਜਿਹਦੇ ਜੋਤ ਰਲਣੀ ਸੀ ਕਿੱਥੇ ਸੀ ਭਲਾ? ਸਾਡੇ ਅੰਦਰ ਸੀ ਨਾ, ਸਾਡੇ ਬਾਹਰ ਵੀ ਸੀ। ਕੋਈ ਐਸੀ ਥਾਂ ਨਹੀਂ ਇੱਕ ਇੰਚ ਜਿੰਨਾ ਥਾਂ ਬੰਦੇ ਦੇ ਆਰ ਬਾਹਰ ਨਹੀਂ ਹੈ ਜਿੱਥੇ ਕਿਤੇ ਰੱਬ ਨਾ ਹੋਵੇ। ਰੱਬ ਤੁਹਾਡੇ ਆਲੇ ਦੁਆਲੇ, ਜਿਵੇਂ ਮੱਛੀ ਦੇ ਆਲੇ ਦੁਆਲੇ ਅੰਦਰ ਬਾਹਰ ਪਾਣੀ ਹੈ, ਰੱਬ ਤੁਹਾਡੇ ਅੰਦਰ ਬਾਹਰ ਹਰ ਵੇਲੇ ਨਾਲ ਹੈ। ਆਉਣਾ ਜਾਣਾ ਫਿਰ ਸਫ਼ਰ ਵਾਲੀ ਗੱਲ ਕਿੱਥੋਂ ਆ ਗਈ? ਇੱਥੇ ਜੰਮ ਵੀ ਗਏ, ਇੱਥੇ ਉਹ ਧੂਕੜੀ ਸ ਵੀ ਗਈ, ਇੱਥੇ ਉਹ ਦੀਵਾ ਜਗਾਓ ਜੀ, ਇਹਨੂੰ 360 ਦਿਨ ਲੱਗਣੇ ਹੁਣ, ਚਾਨਣ ਕਰੋ ਇਹਨੂੰ, ਉਹ ਵੀ ਸਾਰਾ। ਤਾਂਹੀਓ ਤਾਂ ਗੁਰੂ ਸਾਹਿਬ ਨੇ ਸਾਨੂੰ ਇਹਨਾਂ ਗੱਲਾਂ 'ਚੋਂ ਕੱਢਿਆ ਸੀ। ਔਰ ਗੁਰੂ ਸਵਾਰਿਓ, ਇਹ ਭਰਮ ਭੁਲੇਖੇ ਸਾਨੂੰ ਛੱਡਣੇ ਚਾਹੀਦੇ ਆ, ਇਹਨਾਂ ਦੇ ਵਿੱਚ ਕੁਛ ਨਹੀਂ ਰੱਖਿਆ ਹੋਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਬੜੇ ਧਿਆਨ ਨਾਲ ਪੜ੍ਹੋ। ਇਹ ਸਾਡੇ ਭੁਲੇਖੇ ਪਤਾ ਕਿਉਂ ਰਹਿੰਦੇ ਆ? ਇਸ ਕਰਕੇ ਰਹਿੰਦੇ, ਅਸੀਂ ਜਾਂ ਤਾਂ ਇਸ ਕਰਕੇ ਬਾਣੀ ਪੜ੍ਹਦੇ, ਬਾਬਾ ਜੀ ਪਦਾਰਥ ਮੇਰੇ ਕੋਲ ਬਹੁਤ ਹੋਣ, ਮੇਰੇ ਕੋਲ ਮਾਇਆ ਬੜੀ ਹੋਵੇ, ਮੇਰੇ ਕੋਲ ਬੜਾ ਸੁੱਖ ਹੋਵੇ। ਜਾਂ ਇਸ ਕਰਕੇ ਪੜ੍ਹਦੇ, ਬਾਬਾ ਜੀ ਜੋ ਕੁਝ ਹੈਗਾ ਕਿਤੇ ਗਵਾਚ ਨਾ ਜਾਏ, ਖੁਸ਼ ਨਾ ਜਾਏ, ਇਹ ਬਣਿਆ ਰਹੇ। ਅਸੀਂ ਦੋ ਤਰੀਕਿਆਂ ਨਾਲ, ਜਾਂ ਡਰਦੇ ਪੜ੍ਹਦੇ ਹਾਂ, ਜਾਂ ਲਾਲਚਵਾਸ ਹੋ ਕੇ ਪੜ੍ਹਦੇ ਹਾਂ। ਜੇ ਸਮਝ ਨਾਲ ਪੜ੍ਹੀਏ ਵੀ ਮਹਾਰਾਜ ਤੇਰੀ ਸਮਝ ਲੈਣੀ ਹੈ, ਮੈਂ ਤੇਰੀ ਬਾਣੀ ਦੇ ਮੁਤਾਬਕ ਆਪਣੇ ਆਪ ਨੂੰ ਘੜਨਾ ਹੈ, ਅਤੇ ਸੱਚੀ ਇਹ ਭੁਲੇਖੇ ਦੂਰ ਹੁੰਦੇ ਆ। ਅਖੀਰਲਾ ਇੱਕ ਸਵਾਲ ਹੈ ਜੀ, ਪਹਿਲਾਂ ਖਾਲਸਾ ਰਾਜ ਸੀ, ਫਿਰ ਅੰਗਰੇਜ਼ਾਂ ਨੇ ਕਬਜ਼ਾ ਕੀਤਾ, ਅੰਗਰੇਜ਼ਾਂ ਤੋਂ ਪੰਜਾਬ ਛਡਾਇਆ, ਹਿੰਦੁਸਤਾਨ ਨੂੰ ਆਜ਼ਾਦ ਕਰ ਗਏ, ਅਤੇ ਇੱਥੇ ਗੋਰਿਆਂ ਤੋਂ ਨਿਕਲ ਕੇ ਅਸੀਂ ਕਾਲਿਆਂ ਦੇ ਵੱਸ ਪੈ ਗਏ। ਅਤੇ ਇਹਨਾਂ ਕਾਲਿਆਂ ਨੇ ਜਿਹੜੀਆਂ ਕਰਤੂਤਾਂ ਕੀਤੀਆਂ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਫਿਰ ਇੱਥੇ ਲਿਖਿਆ ਵੀ ਸਿੱਖ ਰਾਜ ਕਿੱਥੇ ਗਿਆ, ਹੁਣ ਇਸ ਬਾਰੇ ਸਿੱਖਾਂ ਦੀ ਨਵੀਂ ਪੀੜ੍ਹੀ ਨੂੰ ਕਿਵੇਂ ਜਾਗਰੂਕ ਕੀਤਾ ਜਾਣਾ ਚਾਹੀਦਾ? ਕੀ ਆਪਾਂ ਨਹੀਂ ਸਮਝਦੇ ਕਿ ਬੇਗਾਨੇ ਘਰ ਵਿੱਚ ਆਪਾਂ ਗੁਰਮਤਿ ਸਿਧਾਂਤ ਹੂ ਬੂ ਲਾ ਕਦੇ ਵੀ ਲਾਗੂ ਨਹੀਂ ਕਰ ਸਕਦੇ? ਸਮਝਦੇ ਹਾਂ ਜੀ, ਆਪਾਂ ਸਾਰੇ ਸਮਝਦੇ ਹਾਂ, ਅਸੀਂ ਤਾਂ ਖਾਸ ਕਰਕੇ ਕਿਉਂਕਿ ਵਿਚਰ ਰਹੇ ਹਾਂ, ਸਾਨੂੰ ਤਾਂ ਇਸ ਫੀਲਡ 'ਚ ਵਿਚਰਦੇ ਹਾਂ, ਕੌੜੇ ਮਿੱਠੇ ਸਾਰੇ ਤਜਰਬੇ ਹੋ ਰਹੇ ਆ, ਔਰ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝ ਰਹੇ ਹਾਂ ਕਿ ਇਹ ਘਰ ਸਾਡੇ ਲਈ ਬੇਗਾਨਾ ਬਣਦਾ ਜਾ ਰਿਹਾ, ਬਣਿਆ ਹੋਇਆ ਹੈ, ਕਿਉਂਕਿ ਬੇਗਾਨੇ ਘਰ ਵਿੱਚ ਹੀ ਆਖਰ ਸਲੂਕ ਜਿਹੜਾ ਮਾੜਾ ਹੁੰਦਾ, ਆਪਣਿਆਂ ਨਾਲ ਸਲੂਕ ਮਾੜਾ ਨਹੀਂ ਹੁੰਦਾ। ਦੂਜੀ ਬੇਨਤੀ ਇਹ ਹੈ, ਇਹ ਧਰਤੀ ਸਾਡੀ ਹੈ, ਲੋਕ ਬੇਗਾਨੇ ਸਾਡੇ 'ਤੇ ਜ਼ਰੂਰ ਹਕੂਮਤ ਕਰਦੇ ਹੋਣਗੇ, ਉਹਨਾਂ ਦੇ ਮਨਾਂ 'ਚ ਦੁਐਸ਼ ਭਾਵਨਾ, ਵੈਰ ਭਾਵਨਾ ਜ਼ਰੂਰ ਹੋਏਗੀ, ਪਰ ਇਹ ਧਰਤੀ ਸਾਡੀ ਹੈ, ਇਹ ਧਰਤੀ ਸਾਡੀ ਹੈ, ਸਾਡਿਆਂ ਪੁਰਖਿਆਂ ਨੇ ਸਵਾਰੀ ਹੈ, ਸਾਡਿਆਂ ਪੁਰਖਿਆਂ ਨੇ ਚੱਪੇ ਚੱਪੇ 'ਤੇ ਇੱਥੇ ਖੂਨ ਡੋਲਿਆ ਹੈ, ਇਹ ਧਰਤੀ ਸਾਡੀ ਹੈ। ਅਗਲੀ ਗੱਲ, ਜਾਗਰੂਕ ਕਿਵੇਂ ਕਰਨਾ ਚਾਹੀਦਾ? ਅਸੀਂ ਲੱਗੇ ਹੋਏ ਹਾਂ ਜੀ, ਜਥਾ ਸ਼ਕਤ ਲੱਗੇ ਹੋਏ ਹਾਂ, ਅਸੀਂ ਆਪਣੇ ਵੱਲੋਂ ਜਿੰਨੀ ਵਾਹ ਲੱਗਦੀ ਹੈ ਲਾ ਰਹੇ ਹਾਂ। ਅਸੀਂ ਸੰਗਤ ਨੂੰ ਗੁਰਬਾਣੀ ਨਾਲ ਜਾਗਰੂਕ ਕਰਕੇ ਉਹਨਾਂ ਬੰਧਨਾਂ 'ਚੋਂ ਕੱਟ ਕੇ ਸੁਰਤ ਨੂੰ ਉੱਚੀਆਂ ਕਰਨ ਦਾ ਯਤਨ ਕਰ ਰਹੇ, ਵੇਖੋ ਹੋ ਕੀ ਰਿਹਾ ਸਾਡੇ ਨਾਲ। ਔਰ ਜਿੰਨਾ ਸਾਡੇ ਕੋਲੋਂ ਜ਼ੋਰ ਲੱਗਦਾ ਅਸੀਂ ਲਾ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਇੱਕ ਇਸ ਤਰ੍ਹਾਂ ਦਾ ਸਵਾਲ ਵੀ ਆਇਆ ਸੀ, ਰਾਜ ਕਰੇਗਾ ਖਾਲਸਾ ਦਾ ਅਰਥ ਕੀ ਹੈ? ਔਰ ਮੈਂ ਉੱਥੇ ਵੀ ਇਹ ਜਵਾਬ ਦਿੱਤਾ ਸੀ, ਰਾਜ ਕਰੇਗਾ ਖਾਲਸਾ ਦਾ ਕੀ ਅਰਥ ਹੈ? ਇਹ ਤਾਂ ਸਾਨੂੰ ਭੁੱਲਣਾ ਨਹੀਂ ਚਾਹੀਦਾ, ਇਹ ਤਾਂ ਸਾਨੂੰ ਯਾਦ ਰਹਿਣਾ ਚਾਹੀਦਾ। ਰਾਜ ਅਸੀਂ ਕੀਤਾ ਗੁਰੂ ਨਾਨਕ ਦੇ ਨਕਸ਼ੇ ਕਦਮਾਂ 'ਤੇ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਨੇ ਕਰਕੇ ਵਿਖਾਇਆ, ਰਾਜ ਅਸੀਂ ਕੀਤਾ, ਰਾਜ ਅਸੀਂ ਕਰਨਾ, ਇਹ ਸੰਕਲਪ ਸਾਡਾ ਸਦਾ ਹੀ ਰਹੇਗਾ। ਇਹ ਸੰਕਲਪ ਵੇਖੋ, ਹਾਰ ਜਾਣਾ ਕਿਸੇ ਸਮੇਂ ਕੋਈ ਐਸੀ ਗੱਲ ਦੇ ਕਾਰਨ ਪਿੱਛੇ ਹਟ ਜਾਣਾ ਉਹ ਇੱਕ ਬਾਤ ਅਲੱਗ ਹੈ, ਪਰ ਇਹ ਸਭ ਤੋਂ ਦੁਖਦਾਈ ਬਾਤ ਹੈ ਸੁਪਨਿਆਂ ਦਾ ਵੀ ਮਰ ਜਾਣਾ। ਸੁਪਨੇ ਨਾ ਸਾਡੇ ਮਰਨ,
ਸੁਪਨੇ ਜਿਉਂਦੇ ਰਹਿਣ, ਅਸੀਂ ਕਿਸੇ ਵੇਲੇ ਕਦੀ ਵੀ ਆਪਣੀ ਕੌਮ ਨੂੰ ਜਗਾ ਕੇ ਨਾਲ ਲੈ ਕੇ ਸਭ ਦੀਆਂ ਭਾਵਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਆਪਣੇ ਨਾਲ ਇਕੱਠਿਆਂ ਕਰਕੇ ਅਸੀਂ ਕੋਈ ਵੀ ਤਰੀਕਾ ਜਿਹੜਾ ਹੈ, ਦੁਨੀਆ ਭਰ ਵਿੱਚ ਬੜੇ ਤਰੀਕੇ ਨੇ ਅਪਣਾਏ ਜਾ ਸਕਦੇ ਆ, ਪਰ ਸਾਨੂੰ ਪਹਿਲਾਂ ਜਾਗਣ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਇੱਥੇ ਮੈਂ ਇਹ ਵੀ ਕਹਿਣ ਤੋਂ ਗੁਰੇਜ਼ ਨਹੀਂ ਕਰਦਾ, ਅੱਜ ਤੁਸੀਂ ਕੋਈ ਵੀ ਮੁਹਿੰਮ ਸ਼ੁਰੂ ਕਰੋ, ਅੱਜ ਗੰਗੂਆਂ ਦੀ ਘਾਟ ਨਹੀਂ, ਥਾਂ ਥਾਂ 'ਤੇ ਗਦਾਰੀ ਕਰਨ ਵਾਲੇ ਬੈਠੇ ਆ, ਕੀ ਕਰੋਗੇ ਤੁਸੀਂ? ਪਹਿਲਾਂ ਵੀ ਹੋਇਆ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਇਹੀ ਕੁਝ ਹੋਇਆ, ਔਰ ਅੱਜ ਵੀ ਹੋਇਆ। ਘਾਟ ਨਹੀਂ ਉਹਨਾਂ ਲੋਕਾਂ ਦੀ, ਉਹ ਕਾਲੀਆਂ ਬਿੱਲੀਆਂ ਅੱਜ ਵੀ ਧਰਤੀ ਸਾਡੀ 'ਤੇ ਜਿਉਂਦੀਆਂ ਨੇ, ਔਰ ਜੇ ਸਾਡੀ ਧਰਤੀ ਨੇ ਸੂਰ ਵੀਰ ਬੜੇ ਪੈਦਾ ਕੀਤੇ ਆ, ਤਾਂ ਇੱਥੇ ਮੈਂ ਖਿਮਾ ਮੰਗਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿਣ ਲੱਗਾ, ਇਸ ਧਰਤੀ ਨੇ ਗਦਾਰ ਵੀ ਬੜੇ ਪੈਦਾ ਕੀਤੇ ਆ। ਪਰ ਪਹਿਲਾਂ ਸਾਨੂੰ ਆਪ ਸਮਝ ਲੈਣੀ ਚਾਹੀਦੀ ਹੈ ਵੀ ਅਸੀਂ ਗੰਗੂ ਦੀ ਪਛਾਣ ਤਾਂ ਕਰ ਲਈਏ ਕਿੱਥੇ ਆ ਕਿੱਥੇ ਨਹੀਂ, ਅਸੀਂ ਕੰਮ ਸ਼ੁਰੂ ਕਰ ਲੈਂਦੇ ਹਾਂ ਪਰ ਧੋਖਾ ਸਾਨੂੰ ਦੇ ਕੇ ਸਾਨੂੰ ਮਰਵਾ ਕੇ ਉਹ ਆਪ ਅੱਗੇ ਲੰਘ ਜਾਂਦਾ। ਸਾਨੂੰ ਥੋੜ੍ਹਾ ਜਿਹਾ ਸਮਝਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ, ਕਾਹਲ ਨਾ ਕਰੀਏ, ਸਮਝ ਕੇ ਚੱਲੀਏ। ਅਸੀਂ ਜਿੰਨਾ ਕੁਝ ਸਮਾਜ ਵਿੱਚ ਕਰਨ ਵਾਲਾ ਹੈ, ਆਪੋ ਆਪਣੇ ਪੈਂਤੜੇ 'ਤੇ ਰਹਿ ਕੇ ਅਸੀਂ ਕਰੀ ਚੱਲੀਏ। ਜਿਹਦਾ ਜਿਹਦਾ ਜਿਹੜਾ ਫੀਲਡ ਹੈ ਉਹ ਆਪੋ ਆਪਣੇ ਫੀਲਡ ਵਿੱਚ ਵਰਕ ਕਰੇ, ਔਰ ਸਾਨੂੰ ਇਹ ਕੰਮ ਕਰਨ ਦੀ ਲੋੜ ਹੈ ਤਾਂ ਕਿ ਸਮਾਜ ਦੀਆਂ ਜੜ੍ਹਾਂ ਜਿਹੜੀਆਂ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਮੁਤਾਬਕ ਪੱਕੀਆਂ ਕੀਤੀਆਂ ਜਾਣ, ਸਾਡਾ ਕਿਰਦਾਰ ਕਰੈਕਟਰ ਉੱਚਾ ਸੁੱਚਾ ਹੋਵੇ, ਅਤੇ ਖਾਲਸਾ ਰਾਜ ਜਿਹੜਾ ਹੈ ਉਹ ਕੋਈ ਦੁਬਧਾ ਵਾਲਾ ਔਖਾ ਮਸਲਾ ਨਹੀਂ ਹੈ। ਸਤਿਗੁਰੂ ਕਿਰਪਾ ਕਰਨ, ਆਸ ਕਰਦਾ ਇੰਨੇ ਕੁ ਜਵਾਬ ਨਾਲ ਸ਼ਾਇਦ ਤੁਸੀਂ ਤਸੱਲੀ ਮਹਿਸੂਸ ਕਰੋਗੇ, ਕਿਉਂਕਿ ਬੜਾ ਕੁਝ ਇਹਦੇ 'ਤੇ ਕਿਹਾ ਜਾ ਸਕਦਾ, ਬੜਾ ਕੁਝ ਵਿਚਾਰਿਆ ਜਾ ਸਕਦਾ, ਪਰ ਹਾਲਾਤਾਂ ਦੇ ਮੁਤਾਬਕ ਮੈਂ ਸੰਖੇਪ ਰੱਖ ਕੇ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ। ਕੱਲ੍ਹ ਸਵੇਰ ਦਾ ਦੀਵਾਨ ਗੁਰਦੁਆਰਾ ਸਾਹਿਬ ਪਿੰਡ ਬੂਥਗੜ੍ਹ ਹੈ, 8 ਵਜੇ ਤੋਂ 11 ਵਜੇ ਤੱਕ ਦਾ ਸਮਾਂ ਹੈ ਜੀ, ਔਰ ਕੱਲ੍ਹ ਸ਼ਾਮ ਦਾ ਆਖਰੀ ਦੀਵਾਨ ਹੈ, ਮੁੱਖ ਦੀਵਾਨ ਹੈ, ਗੁਰਦੁਆਰਾ ਕਲਗੀਧਰ ਚਰਨ ਪਾਵਨ ਮਾਡਲ ਟਾਊਨ ਵਿਖੇ। ਸੋ ਸਾਧ ਸੰਗਤ ਜੀ, ਤੁਹਾਨੂੰ ਸਾਰਿਆਂ ਨੂੰ ਬੇਨਤੀ, ਅਸੀਂ ਬਾਕੀ ਦੀਵਾਨਾਂ ਵਿੱਚ ਵੀ ਥਾਂ ਥਾਂ 'ਤੇ ਬੇਨਤੀ ਕੀਤੀ ਹੈ, ਤੁਸੀਂ ਵੀ ਸਾਰਿਆਂ ਨੇ ਆਪਣੇ ਪਰਿਵਾਰਾਂ ਸਮੇਤ, ਨੌਜਵਾਨ ਬੱਚੇ ਬੱਚੀਆਂ ਦੇ ਸਮੇਤ ਆਪ ਜੀ ਨੇ ਜ਼ਰੂਰ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ। ਸਮੇਂ ਸਿਰ ਪਹੁੰਚਣਾ, ਲੇਟ ਨਾ ਪਹੁੰਚਣਾ, ਸਮੇਂ ਸਿਰ ਪਹੁੰਚਣਾ, ਔਰ ਸਮੇਂ ਸਿਰ ਆਪਾਂ ਵਿਚਾਰਾਂ ਆਰੰਭ ਕਰਾਂਗੇ ਗੁਰਦੁਆਰਾ ਕਲਗੀਧਰ ਚਰਨ ਪਾਵਨ ਮਾਡਲ ਟਾਊਨ। ਹੋਰ ਵੀ ਵੀਰ ਭੈਣਾਂ ਜਿਹੜੇ ਇੱਥੇ ਨਹੀਂ ਆਏ ਉਹਨਾਂ ਤੱਕ ਵੀ ਤੁਸੀਂ ਸੁਨੇਹਾ ਦਿਓ, ਤੁਹਾਡਾ ਵੀ ਕੋਈ ਫਰਜ਼ ਬਣਦਾ, ਤੁਸੀਂ ਵੀ ਉਹਨਾਂ ਨੂੰ ਨਾਲ ਲੈ ਕੇ ਉੱਥੇ ਪਹੁੰਚਣ ਦੀ ਖੇਚਲ ਕਰਿਓ। ਆਸ ਕਰਦਾ ਜ਼ਰੂਰ ਪਹੁੰਚੋਗੇ। ਫਤਿਹ ਯੂਥ ਕਲੱਬ ਵਾਲੇ ਵੀਰਾਂ ਨੇ ਸੋਹਣਾ ਉਪਰਾਲਾ ਕੀਤਾ, ਔਰ ਲੰਬੀ ਲੜੀ ਪਿੰਡਾਂ ਦੇ ਵਿੱਚ, ਸ਼ਹਿਰ ਦੇ ਵਿੱਚ ਇਹਨਾਂ ਨੇ ਇਹ ਚਲਾਈ ਹੈ। ਅਸੀਂ ਵੀ ਆਪਣੇ ਵੱਲੋਂ ਜਥਾ ਸ਼ਕਤ ਯਤਨ ਕੀਤਾ ਹੈ ਕਿ ਤੁਹਾਡੇ ਨਾਲ ਵੱਧ ਤੋਂ ਵੱਧ ਗੁਰਬਾਣੀ, ਇਤਿਹਾਸ, ਮਰਿਆਦਾ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ, ਔਰ ਅੱਗੋਂ ਤੁਹਾਡਾ ਵੀ ਫਰਜ਼ ਬਣਦਾ ਇਹ ਲੜੀ ਟੁੱਟੇ ਨਾ, ਆਪਣਿਆਂ ਘਰਾਂ 'ਚ ਬਹਿ ਕੇ ਪੜ੍ਹਦੇ ਰਹੋ, ਸਮਝਣ ਦਾ ਯਤਨ ਕਰੋ, ਔਰ ਜਿੱਥੇ ਜਿੱਥੇ ਵੀ ਬੈਠੇ ਹੋ ਅੱਗੇ ਹੋਰ ਵੀਰਾਂ ਭੈਣਾਂ ਨੂੰ ਇਹ ਸੁਨੇਹੇ ਪਹੁੰਚਾਉਣ ਦਾ ਯਤਨ ਕਰੋ। ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ, ਭਾਈ ਸਾਹਿਬ ਜੀ ਦਾ ਧੰਨਵਾਦ ਹੈ ਜੋ ਅਸੀਂ ਸਾਰੇ ਰਲ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਸਾਂਝ ਬਣਾ ਸਕੇ ਹਾਂ। ਸਾਰਿਆਂ ਨੇ ਅਸੀਂ ਰਲ ਮਿਲ ਕੇ ਸਤਿਗੁਰੂ ਜੀ ਦੇ ਚਰਨ ਪਰਸੇ ਹਨ। ਸਾਡੇ ਜਥੇ ਪਾਸੋਂ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ, ਗਲਤੀਆਂ, ਤਰੁੱਟੀਆਂ ਤੁਹਾਨੂੰ ਨਜ਼ਰ ਆਈਆਂ ਹੋਣਗੀਆਂ, ਉਹਨਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਤ ਤੁਹਾਨੂੰ ਚੰਗੀ ਲੱਗੀ ਹੈ ਹਿਰਦੇ 'ਚ ਵਸਾ ਕੇ ਸਦਾ ਸਤਿਗੁਰੂ ਦੇ ਚਰਨ ਪਰਸਦੇ ਰਹਿਣਾ ਜੀ। ਸਰਬੱਤ ਸੰਗਤ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।